ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਵੀ ਇੱਧਰ ਨੂੰ ਜਾਂਦੇ ਸੀ ਕਿਸੇ ਪਾਸੇ ਤੇ ਰਾਹ 'ਚ ਮਿਲ ਗਿਆ ਸਾਨੂੰ ਬੱਕਰੀਆਂ। ਸਾਨੂੰ ਬੱਕਰੀਆਂ ਬੱਕਰੇ ਦਿਖਾਉਣੇ ਆਂਗੇ, ਆਹ ਵਾਂਗਾਂ ਦੀਆਂ ਬੱਕਰੀਆਂ ਦੇਖੋ, ਤਿੰਨ ਜਾਣੇ ਆਂਗੇ। ਕਾਹ ਸੀਗਾ ਤੁਹਾਨੂੰ ਇਹਨਾਂ ਦੀਆਂ ਬੱਕਰੀਆਂ ਬੱਕਰੇ ਦਿਖਾਉਣੇ ਆ, ਤੇ ਇਹਨਾਂ ਨੇ ਬੱਕਰੇ ਵੇਚਣੇ ਵੀ ਹੈਗੇ ਤੁਹਾਨੂੰ। ਆਹ ਦੇਖੋ ਇੱਕ ਤਾਂ ਜਿਹੜਾ ਆਹ ਬੱਕਰਾ 6 ਦੰਦ ਬੱਕਰਾ, ਇਹ ਬੱਕਰਾ ਬਕਾਊ ਆ ਬਾਈ, ਅਤੇ ਆਹ ਵਾਲਾ ਵੀ ਇਹਨਾਂ ਨੂੰ ਤੁਹਾਨੂੰ ਸਾਈਡ 'ਤੇ ਕੱਢ ਕੇ ਵੀ ਦਿਖਾਉਣੇ ਆਗੇ। ਲੈ ਆਈ ਫੜ ਕੇ ਵੇ, ਆਹ ਦੇਖੋ ਇੱਕ ਤਾਂ ਆਹ ਬੱਕਰਾ, ਆਹ ਸੀਗਾ ਇਹ ਬੱਕਰਾ ਬਕਾਊ ਆ ਬਾਈ, ਆਹ ਬਾਬੇ ਦਾ ਗਾ। ਬਾਬਾ ਦੀ ਉਮਰ ਕਿੰਨੀ ਕਹੂਗੀ? ਉਮਰ ਦਾ ਨੀ ਇਹਨਾਂ ਨੂੰ ਪਤਾ ਬਈ। ਅੱਛਾ ਸਾਂਭਣ ਆਏ ਆ, ਦੇਖੋ ਇਹ ਬਕਾਊ ਆ, ਬਾਕੀ ਇਹਨਾਂ ਕੋਲ ਬੱਕਰੀਆਂ ਵੀ ਆ। ਬਾਅਦ ਤਾਂ ਕਾਟੂ ਮਾਲ ਹੈਗਾ ਜਿਹਨੇ ਖਰੀਦਣਾ ਬਾਈ ਨੇ, ਇਹਨਾਂ ਨੰਬਰ ਦੇਵਾਂਗੇ ਅਤੇ ਸੰਪਰਕ ਕਰ ਲਓ ਇਹਨਾਂ ਨਾਲ। ਆਹ ਦੇਖੋ ਬੱਕਰੀਆਂ ਛੱਡੀਆਂ ਵੀ ਆ, ਹੁਣ ਖੁੱਲ੍ਹੀਆਂ ਚਾਰਨ ਵਾਸਤੇ। ਆਹ ਦੇਖੋ ਆਹ ਬੱਕਰਾ ਬਈ ਜਿਹੜਾ ਬਕਾਊ ਹੈਗਾ, ਆਹ ਦੇਖੋ ਅੱਖ ਹੈਗੀ ਇਹਦੀ ਚਿੱਟੀ, ਆਹ ਅੱਖ ਹੈਗੀ, ਆਹ ਦੇਖੋ ਪੂਰਾ ਡਬਲ ਬੱਕਰਾ ਪੂਰਾ ਹੈਵੀ ਹੈਗਾ। ਆਹ ਦੇਖੋ ਦੂਜਾ ਬੱਕਰਾ ਆਹ ਸੀਗਾ, ਦੇਖੋ ਅੱਖ ਇਹਦੀ ਵੀ ਚਿੱਟੀ ਹੈਗੀ, ਇਹ ਥੋੜ੍ਹਾ ਜਿਹਾ ਭਾਵੇਂ ਨਵੈੜ ਹੈਗਾ, ਸਾਰਾ ਸਿਰ ਜਾ ਨਹੀਂ ਆਉਂਦਾ। ਆਹ ਦੇਖੋ ਆਹ ਸੀਗਾ, ਬਾਕੀ ਸਾਰੀਆਂ ਬੱਕਰੀਆਂ ਦੇ ਵਿੱਚੋਂ ਮੈਨੂੰ ਆਹ ਬੱਕਰੀ ਬਹੁਤ ਘੈਂਟ ਲੱਗੀ। ਆਹ ਦੇਖੋ ਤੁਸੀਂ ਬੱਕਰੀ ਦੇਖੋ, ਫੜੀ ਕੰਨ ਕੁੰਨ ਦਿਖਾਈਏ ਇਹਨਾਂ ਦੇ, ਆਹ ਦੇਖੋ ਚਰਦੀ ਫਿਰਦੀ ਹੈਗੀ ਆਹ ਬੱਕਰੀ ਹੈਗੀ, ਫੇਸ ਫੂਸ ਐਂ ਪੂਰਾ ਵਧੀਆ ਹੈਗਾ ਬੱਕਰੀ ਦਾ। ਦੇਖੋ ਤੁਸੀਂ ਆਹ ਦੇਖੋ, ਖੜਦਾ 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 ਥਣ ਦਿਖਾ ਦਈਏ, ਇੱਕ ਮਿੰਟ ਹੋਣੀ ਭੱਜਦੀਆਂ ਡਰਦੀਆਂ ਹੈਗੀਆਂ ਥੋੜ੍ਹਾ ਜਿਹਾ, ਫੜ ਕੇ ਰੱਖ। ਆਹ ਦੇਖੋ ਬਈ ਥਣ ਬੱਕਰੀ ਦੇ ਐਂ ਵਧੀਆ ਹੈਗੇ ਪੂਰੇ, ਆਹ ਸੀਗੀ ਬੱਕਰੀ, ਕੱਦ ਵੀ ਵਾਹਵਾ ਹੈਗਾ ਇਹਦਾ ਬੱਕਰੀ ਬਈ, ਆਹ ਵੀ ਚੰਗੀ ਹੈਗੀ। ਇਹਦੇ ਪਿੱਛੇ ਹੈਗੀਆਂ 2 ਪੱਠਾਂ, ਅਤੇ ਪੱਠਾਂ ਬਾਬੇ ਕਹਿੰਦੇ ਘਰ ਹੈਗੀਆਂ। ਉਹ ਦੇਖੋ ਆਹ ਬੱਕਰੀ ਹੈਗੀ, ਛੱਡੀ ਵੀ ਆ ਹੁਣ ਇੱਥੇ ਚਾਰਨ ਵਾਸਤੇ, ਛੱਡਦੇ ਇਹਨੂੰ। ਬੱਕਰੀਆਂ ਤਾਂ ਕਾਫੀ, ਆਹ ਦੇਖੋ ਅੱਡ ਅੱਡ ਤਰ੍ਹਾਂ ਦੀਆਂ ਤੁਹਾਨੂੰ ਜਿਹੜੀ ਆਹ ਉਹ ਸਿੰਘ ਵਾਲੀ ਬੱਕਰੀ ਬਕਾਊ ਆ, ਤੁਹਾਨੂੰ ਨੇੜੇ ਆ ਕੇ ਦਿਖਾਉਂਦੇ ਆ। ਆਹ ਸਿੰਘ ਵਾਲੀ ਬੱਕਰੀ ਬਕਾਊ ਆ ਬਈ, ਆਹ ਦੇਖ ਲਓ ਫੇਸ ਕੁਆਲਿਟੀ, ਥਣ ਥੁਣ ਆਹ ਦੇਖੋ ਤੁਹਾਨੂੰ ਦਿਖਾਉਂਦੇ ਆ ਨੇੜੋ ਜਮਾਂ। ਆਹ ਸੀਗੇ ਥਣ, ਦੇਖੋ ਚੈੱਕ ਕਰੋ ਆਹ ਬੱਕਰੀ ਬਕਾਊ ਹੈਗੀ, ਇੱਕ ਆਹ ਵਾਲੀ ਆਹ ਵਾਲੀ ਬੱਕਰੀ ਵੀ ਬਕਾਊ ਆ ਬਈ। ਅਤੇ ਦੇਖੋ ਤੁਸੀਂ ਜਿਹੜੇ ਵੀਰ ਨੂੰ ਪਸੰਦ ਲੱਗਦੀਆਂ ਹੈਗੀਆਂ ਵੀ ਹਾਂ ਲੈਣੀਆਂ, ਉਹ ਇਹਨਾਂ ਨੂੰ ਫੋਨ ਲਾ ਲਿਓ। ਆਹ ਦੇਖੋ ਜਿਹੜਾ ਬੱਕਰੀਆਂ ਕਿਸੇ ਦੀਆਂ ਸੀਗੀਆਂ, ਉਹਨਾਂ ਦੀ ਹੋ ਗਈ ਡੈਥ, ਤਾਂ ਕਰਕੇ ਇਹ ਸਾਂਭਦੇ ਆ ਕੇ ਹੁਣ, ਇਹਨਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ ਬੱਕਰੀਆਂ ਦੇ ਬਾਰੇ। ਆਹ ਫਿਰਦੀਆਂ ਦੇਖੋ ਸਾਰੀਆਂ ਬੱਕਰੀਆਂ ਮੰਡੀਆਂ 'ਤੇ, ਕਹਿੰਦੇ ਬਾਈ ਵੀ ਸਾਥੋਂ ਆਇਆ ਨਹੀਂ ਆਉਂਦਾ ਗਾ, ਟਾਈਮ ਨਹੀਂ ਲੱਗਦਾ ਵਾ ਸਾਂਭਣ ਦਾ। ਆਹ ਦੇਖੋ ਗਰਮੀ ਦੇ ਵਿੱਚ ਵੀ ਸਾਂਭਣੀਆਂ ਪੈਂਦੀਆਂ, ਦੇਖੋ ਉਹ ਤੱਕ ਫਿਰਦੀਆਂ ਹੈਗੀਆਂ, ਧੁੱਪਾ ਦੇਖੋ ਬਹੁਤ ਹੈਗੀ, ਫਿਰ ਵੀ ਸਾਂਭਣਾ ਪੈਂਦਾ ਇਹਨਾਂ ਨੂੰ, ਮਿਹਨਤ ਤਾਂ ਕਰਨੀ ਪੈਂਦੀ ਆ ਬਈ, ਜਿਹੜਾ ਮਰਜ਼ੀ ਕੰਮ ਹੋਵੇ ਮਿਹਨਤ ਤੋਂ ਬਿਨਾਂ ਤਾਂ ਸਫਲ ਨਹੀਂ ਹੁੰਦਾ। ਆਹ ਦੇਖੋ ਹੁਣ ਇਹ ਵੀ ਇੰਨੀ ਗਰਮੀ ਦੇ ਵਿੱਚ ਫਿਰਦੀ ਹੈਗੇ, ਅਤੇ ਮਿਲਦੇ ਹੁਣ ਆਪਾਂ ਅਗਲੀ ਵੀਡੀਓ 'ਚ। ਤਾਂ ਬਾਏ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ, ਫੇਸਬੁੱਕ 'ਤੇ ਵੀ ਆਪਣਾ ਚੈਨਲ ਹੈਗਾ ਅਤੇ ਉਹਨੂੰ ਵੀ ਸਬਸਕ੍ਰਾਈਬ ਅਤੇ ਫੋਲੋ ਕਰ ਲਿਓ।